ਪੰਜਾਬੀ ਨੌਜਵਾਨਾਂ ਦੇ ਵੱਲੋਂ ਵਿਦੇਸ਼ਾਂ ਦੇ ਵਿੱਚ ਵਸਣ ਦਰਮਿਆਨ ਉਹਨਾਂ ਦੀ ਤਸਕਰੀ ਕੀਤੇ ਜਾਣ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਨੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਕਿਹਾ ਕਿ ਮਨੁੱਖੀ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਏਜੰਟ ਨੂੰ ਬਖਸ਼ਿਆ ਨਹੀਂ ਜਾਵੇਗਾ ਮਾਮਲਾ ਪਟਿਆਲਾ ਦੇ ਸਮਾਣਾ ਹਲਕੇ ਦੇ ਚਾਰ ਨੌਜਵਾਨਾਂ ਦੇ ਨਾਲ ਜੁੜਿਆ ਹੈ ਜਿਹੜੇ ਡੰਕੀ ਲਾ ਕੇ ਨਰਕ ਭੋਗਦੇ ਆ ਆਖਿਰਕਾਰ ਅਮਰੀਕਾ ਪਹੁੰਚ ਗਏ ਨੇ ਸਪੇਨ ਦੇ ਵਿੱਚ ਲਾਵਾਰਿਸ ਛੱਡੇ ਇਹ ਚਾਰ ਨੌਜਵਾਨ ਆਖਿਰਕਾਰ ਇੱਕ ਦੂਸਰੇ ਏਜੰਟ ਨੂੰ ਪੈਸਾ ਦੇ ਕੇ ਅਮਰੀਕਾ ਪਹੁੰਚ ਗਏ 25-25 ਲੱਖ ਰੁਪਏ ਇਹਨਾਂ ਨੂੰ ਵਾਧੂ ਖਰਚ ਕਰਨੇ ਪਏ ਜਦਕਿ ਪਹਿਲੇ ਏਜੰਟ ਨੂੰ ਇਹਨਾਂ ਨੇ 35-35 ਲੱਖ ਰੁਪਏ ਪਹਿਲਾਂ ਹੀ ਦੇ ਦਿੱਤੇ ਸੀ ਚਾਰੇ ਨੌਜਵਾਨ ਉਹਨਾਂ 10 ਲੋਕਾਂ ਦੇ ਵਿੱਚ ਸ਼ਾਮਲ ਸਨ ਜੋ ਡੰਕੀ ਲੂਟ ਰਾਹੀਂ ਅਮਰੀਕਾ ਪਹੁੰਚਣ ਦੇ ਜੁਗਾੜ ਦੇ ਵਿੱਚ ਸਨ ਇਨਾ ਦੱਸਿਆ ਕਿ ਕਈ ਦਿਨਾਂ ਤੱਕ ਭੁੱਖੇ ਪਾਣੀ ਰਹਿਣਾ ਪਿਆ ਇੱਕ ਵਾਰੀ ਤਾਂ ਸਿਰਫ ਬਿਸਕਟਾਂ ਦੇ ਸਿਰ ਤੇ ਹਫ਼ਤਾ ਕੱਢਿਆ ਰਾਤ 'ਚ ਉਹਨਾਂ ਦੇ ਫੋਨ ਤੇ ਬੂਟ ਵੀ ਖੋਲੇ ਗਏ ਨੰਗੇ ਪੈਰੀ ਤੁਰਨਾ ਪਿਆ ਬਿਨਾ ਪੱਖੇ ਤੇ ਖਿੜਕੀ ਵਾਲੇ ਕਮਰੇ 'ਚ ਸੌਣ ਲਈ ਵੀ ਮਜਬੂਰ ਹੋਏ ਪੰਜਾਬੀ ਨੌਜਵਾਨਾਂ ਨੂੰ ਡੰਕੀ ਜਾਂ ਫਿਰ ਕਿਸੇ ਹੋਰ ਗੈਰ ਕਾਨੂੰਨੀ ਢੰਗ ਤਰੀਕੇ ਨਾਲ ਵਿਦੇਸ਼ ਜਾਣ ਦੀ ਕੋਸ਼ਿਸ਼ ਨਾ ਕਰਨ ਦੀ ਸਲਾਹ ਦਿੰਦਿਆਂ ਇਹਨਾਂ ਨੌਜਵਾਨਾਂ ਨੇ ਆਪਣੀ ਹੱਦਬੀਤੀ ਸੁਣਾਉਂਦਿਆਂ ਕਿਹਾ ਕਿ ਸਾਡੇ ਕੋਲ ਨਾ ਕੱਪੜੇ ਸੀ ਨਾ ਖਾਣਾ ਤੇ ਨਾ ਹੀ ਬਿਜਲੀ ਹਰ ਦੋ ਦਿਨਾਂ ਬਾਅਦ ਸਾਨੂੰ ਦੱਸਿਆ ਜਾਂਦਾ ਸੀ ਕਿ ਵੀਜ਼ਾ ਪਰਮਿਟ ਵਿੱਚ ਦੇਰੀ ਹੋ ਰਹੀ ਹੈ ਇਹਨਾਂ ਚਾਰੇ ਨੌਜਵਾਨਾਂ ਦੇ ਮਾਪਿਆਂ ਨੇ ਸਮਾਣਾ ਸਥਿਤ ਟਰੈਵਲ ਏਜੰਟ ਨਾਲ ਰਾਬਤਾ ਕੀਤਾ ਸੀ ਏਜੰਟ ਨੇ ਭਰੋਸਾ ਦਿੱਤਾ ਸੀ ਕਿ ਉਹ ਚਾਰਾਂ ਦੇ ਲਈ ਅਮਰੀਕਾ ਵਿੱਚ ਵਰਕ ਵੀਜ਼ਾ ਯਕੀਨੀ ਬਣਾਏਗਾ 35-35 ਲੱਖ ਰੁਪਏ ਲੈ ਕੇ 2 ਮਹੀਨਿਆਂ ਦੇ ਵਿੱਚ ਅਮਰੀਕਾ ਭੇਜ ਦੇਊਗਾ ਅਸੀਂ ਕਹਿੰਦੇ ਫਰਵਰੀ 2023 ਦੇ ਵਿੱਚ ਉਹ ਮੁਲਜ਼ਮ ਨੂੰ 2 ਲੱਖ ਰੁਪਏ ਤੇ ਪਾਸਪੋਰਟ ਦਿੱਤੇ ਸਨ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਵਸਾਉਣ ਲਈ ਜ਼ਮੀਨ ਅਤੇ ਗਹਿਣੇ ਤੱਕ ਵੀ ਵੇਚ ਦਿੱਤੇ ਪਰ 35 25 60-60 ਲੱਖ ਰੁਪਏ ਲੈ ਕੇ ਵੀ ਏਜੰਟ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਹਨਾਂ ਨੂੰ ਮਜਬੂਰ ਕਰ ਦਿੱਤਾ ਅਮਰੀਕਾ ਅੰਦਰ ਦਾਖਲ ਹੋਣ ਦੇ ਲਈ ਇੱਥੋਂ ਤੱਕ ਕਿ ਰੋਟੀ ਵੀ ਖਾਣ ਨੂੰ ਨਹੀਂ ਦਿੱਤੀ ਇਹਨਾਂ ਕੋਲੇ ਫੋਨ ਕਰਨ ਦਾ ਵੀ ਪ੍ਰਬੰਧ ਤੱਕ ਨਹੀਂ ਸੀ। ਦੂਸਰੇ ਏਜੰਟ ਨੇ ਵੀ ਭਾਵੇਂ ਇਹਨਾਂ ਦੀ ਅਮਰੀਕਾ ਪਹੁੰਚਣ 'ਚ ਮਦਦ ਤਾਂ ਕਰ ਦਿੱਤੀ ਪਰ 25-25 ਲੱਖ ਰੁਪਏ ਹੋਰ ਲੈ ਲਏ। ਹੁਣ ਅਮਰੀਕਾ ਜਾ ਕੇ ਵਸੇ ਇਹ ਨੌਜਵਾਨ 60 ਲੱਖ ਰੁਪਏ ਦਾ ਕਰਜ਼ਾ ਕਦੋਂ ਤੱਕ ਉਤਾਰਨਗੇ? ਗੈਰ-ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਤੇ ਇਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ? ਇਹਨਾਂ ਤੋਂ ਸ਼ਾਇਦ ਅਸੀਂ ਸਾਰੇ ਅਣਜਾਣ ਨਹੀਂ ਹਾਂ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇਸ ਵਕਤ ਵਿਦਿਆਰਥੀ ਕੌਂਸਲ ਚੋਣਾਂ ਦੀ ਗਹਿਮਾ-ਗਮੀ ਹੈ। ਕੱਲ ਕੈਂਪਸ ਦੇ ਵਿੱਚ ਤਾਇਨਾਤ ਚੰਡੀਗੜ੍ਹ ਪੁਲਿਸ ਨੇ ਹੋਰ ਸਖਤੀ ਕਰ ਦਿੱਤੀ ਕਿਉਂਕਿ ਵਿਦਿਆਰਥੀਆਂ ਦੀ ਭੀੜ ਲਗਾਤਾਰ ਵੱਧ ਰਹੀ ਹੈ। ਸਟੂਡੈਂਟ ਸੈਂਟਰ ਵਿੱਚ ਇਕੱਠੇ ਹੋਏ ਵਿਦਿਆਰਥੀਆਂ ਵਿੱਚੋਂ ਸ਼ੱਕੀਆਂ ਦੇ ਪਛਾਣ ਪੱਤਰ ਚੈੱਕ ਕੀਤੇ ਗਏ। ਭਾਵੇਂ ਚੈਕਿੰਗ ਦੌਰਾਨ ਕੋਈ ਵੀ ਸ਼ਰਾਧਤੀ ਅੰਸਰ ਨਹੀਂ ਮਿਲਿਆ ਪਰ ਪੁਲਿਸ ਨੇ ਭੀੜ ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਸਿਵਲ ਕੱਪੜਿਆਂ ਦੇ ਵਿੱਚ ਵੀ ਪੁਲਿਸ ਕਰਮਚਾਰੀ ਇੱਥੇ ਸਰਗਰਮ ਹਨ। ਬਾਰੀਵਾਨਾ ਤੇ ਵਿਦਿਆਰਥੀਆਂ ਦੀ ਚੈਕਿੰਗ ਕਰਕੇ ਹੀ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਚੋਣ ਜਾਬਤੇ ਨੂੰ ਲਾਗੂ ਕਰਦਿਆਂ ਕੈਂਪਸ ਦੇ ਵਿੱਚ ਪ੍ਰਿੰਟਡ ਮਟੀਰੀਅਲ ਯਾਨੀ ਕਿ ਚੋਣ ਮਨੋਰਥ ਪੱਤਰ ਤੇ ਪੈਂਫਲੈਟਸ ਆਦ ਚਿਪਕਾਉਣ ਤੋਂ ਵੀ ਮਨਾਹੀ ਕੀਤੀ ਗਈ ਹੈ ਸਾਰੀਆਂ ਜਥੇਬੰਦੀਆਂ ਨੂੰ ਪ੍ਰਸ਼ਾਸਨ ਨੇ ਤਾੜਨਾ ਕੀਤੀ ਹੈ ਕਿ ਚੋਣ ਜਾਬਤੇ ਦੀ ਉਲੰਘਣਾ ਨਹੀਂ ਕਰਨੀ ਨਿਯਮਾਂ ਦੀ ਉਲੰਘਣਾ ਨਹੀਂ ਕਰਨੀ ਚੋਣਾਂ ਦੇ ਲਈ ਦਿੱਤੇ ਨੋਟਿਸ ਬੋਰਡਾਂ ਤੇ ਹੀ ਅਜਿਹੇ ਪੈਂਫਲੈਟ ਲਾਏ ਜਾ ਸਕਦੇ ਨੇ ਵਿਦਿਆਰਥੀ ਜਥੇਬੰਦੀ এবੀਵੀਪ ਦੇ ਕੈਂਪਸ ਪ੍ਰਧਾਨ ਪਰਮਿੰਦਰ ਸਿੰਘ ਨੇਗੀ ਨੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਪੂਸੂ ਪਾਰਟੀ ਨਾਲ ਸੰਬੰਧਿਤ 50 ਦੇ ਕਰੀਬ ਵਿਦਿਆਰਥੀ ਉਹਨਾਂ ਦੀ ਜਥੇਬੰਦੀ ਵਿੱਚ ਸ਼ਾਮਲ ਹੋ ਗਏ ਨੇ ਇਹਨਾਂ ਚੋਣਾਂ ਦੇ ਲਈ ਸੱਥ ਵਿਦਿਆਰਥੀ ਜਥੇਬੰਦੀ ਨੇ ਵੀ ਮੀਟ ਪ੍ਰਧਾਨ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਸੈਂਟਰ ਫਾਰ ਹਿਊਮਨ ਰਾਈਟਸ ਐਂਡ ਡਿਊਟੀਆਂ ਵਿਭਾਗ ਦੇ ਵਿਦਿਆਰਥੀ ਕਰਨਦੀਪ ਸਿੰਘ ਨੂੰ ਸੱਥ ਨੇ ਆਪਣਾ ਉਮੀਦਵਾਰ ਬਣਾਇਆ ਹੈ